सत श्री अकाल जी, स्वागत आ साढ़े पंत डेयरी फार्म। अज असी कराली मंडी दे विच पहुंचे हां। जे मंडी चंडीगढ़ एरिए लगती आ, खरड़ ते लांडरा दे लवे लगती है जी। यह मंडी 5, 20 ते 25 तरीक नूं लगती आ। इहदे विच हरियाणा, चंडीगढ़ ते पंजाब ते हिमाचल का माल पहुँचता। इह च ज़्यादातर 2 दंद 4 दंद पहले दूजे सूए कट्टियां पहुँचदियां ने, ते वड्डा माल तीजे चौथे सूए घट पशु विकदे ने। उरे ज़्यादा हरियाणे दे पशु हौले पशु विकदे ने, कट्टियां कुंडियां कट्टियां विकदियां ने, ते उह जाके झारखंड हरियाणे च जांदियां ने, अपना हिमाचल च जांदियां ने। ते आजो आपां अज सुनपुर एंड सिरे दा टॉप दा माल दिखावांगे, ते वी की रेट ते पशु विकदे ने, किन्ना दुद्ध आ, सारी जानकारी लवांगे व्यापारी भरावां तों। अते आजो वीडियो स्टार्ट करदे आं जी, देखदे आं वी पहलां वांग मंदी आ जां हुण इह मंडी ते तेजी आउणी शुरू हो गई। आजो जी, तुसीं बाई नूं मार के लिआ आए, इहनूं पुछदे आं किन्ना मुल आ, किन्ना दुद्ध आ, की हाल ने बाई? ठीक है जी। ठीक हो? हां जी। की नाम आ? अजय। अजय जी, एरिया कड़ा गया? सरसा। सरसा ते और हरियाणा दे आ गए है ना? बिल्कुल बिल्कुल। क्या जोटियां लेके आए? 4। आ जोटी दिखा, केड़ा सूआ भाई दा? ए पलून है जी। हैं? पलून है, पलून पहले ने? हां जी पहले। ठीक है, पहला सूआ वो जोटी दा। दोस्तों मैं दा दूजा समझा दी, लेवा देख लो। ले तोड़ दे मड़ी, लंबी तोड़ दे जोटी। 1 मिनट बच्चा दिखा दूं इनू, फिर लंबी तोड़। बच्चे दा उड़का ज्यादा कर दिया। ले भाई दा पंडे आ थल्ले, ले बाबा उता जोटी दा। कला कला थाना चवाई चुवी दी किवें? 1 नंबर जी। ओके है? ओके। अमरीकन गां वर्गा लेवा मैं दा, ऐसा जानवर नहीं मिलता दोस्तों कदे। कितना दुध कर दूगी? दूध जी अभी फिलहाल मौके पे 13-14 किलो से ऊपर है जी। अच्छा। हाँ जी। ठीक है। करण ने 20 किलो भी कर जाओगी जी। अच्छा, 20 किलो कर जाएगी? हाँ जी। ठीक है, कितने दे देंगे फिर? दे देवांगा 2 केजी। 2 20 ही दे देंगे? हाँ जी। बाकी मौके पे हो जू? हाँ जी, सौदा होगा जिथे। बिल्कुल। ठीक है, एक ले बाबा बोलूगा, नंबर ले बाबा, नंबर बोल दे। 86079 86079 10599 10599 89 99। ले दोस्तों अज कल किन्नी उम्र है बाबा तेरी? मेरी 81 साल। 81 साल दी ज बजुर्गां नूं तुरिया नहीं जांदा। ले मंडी ते फिरदा बाबा, पूरा शौकी आ? पूरा पूरा जी, पूरा। ठीक है, कई पशु लेके आया? हाँ जी हाँ। ਲੈ ਇੰਨੀ ਸਾਲ ਦੀ ਉਮਰ ਚ ਕੋਈ ਬਿਮਾਰ ਹੋ ਜਾਂਦਾ, ਕੋਈ ਕਿਵੇਂ ਕੋਈ ਕਿਵੇਂ? ਲੈ ਮੰਜੇ ਤੇ ਬੈਠਾ, ਪੂਰੀ ਬੜਕਾ। ਹਰਿਆਣੇ ਦੇ ਬੰਦੇ ਦੀਆਂ ਖੁਰਾਕਾਂ ਖਾਂਦੀਆਂ ਹੋਈਆਂ ਨੇ ਬਾਈ। ਕਿਹ ਜੋਟੀਆਂ ਲੈ ਕੇ ਆਇਆ? 2 ਲੈ ਗਿਆ। ਆਹ ਜੋਟੀ ਆ ਗਈ ਪਹਿਲੀ, ਕਿਹੜਾ ਸੂਆ ਬਾਈ ਇਹਦਾ? ਪਹਿਲਾ ਸੂਆ, 2 ਦੰਦ ਮੂੰਹ ਤੋਂ। ਅੱਛਾ, 2 ਦੰਦਾਂ ਮੂੰਹ ਚੋਂ ਪਹਿਲਾ ਸੂਆ। ਲੈ ਲੇਵਾ ਦੇਖ ਲਓ ਦੋਸਤੋ, ਜੋਟੀ ਦਾ ਲੇਵਾ ਬਹੁਤ ਵਧੀਆ। ਕਿੰਨਾ ਕੁ ਦੁੱਧ ਤਿਆਰ ਆ ਬਾਈ? ਦੁੱਧ ਹੋਊਗਾ 14 ਲੀਟਰ। 14 ਲੀਟਰ ਦੁੱਧ ਤਿਆਰ ਆ? ਠੀਕ ਹੈ। ਲੈ ਵੀਰੋ ਦੋਸਤੋ, ਕਰਾਲੀ ਮੰਡੀ ਤੇ ਪਹਿਲੀਆਂ ਪਹਿਲੇ ਸੂਏ ਕੱਟੀਆਂ ਜਾਂਦੇ ਹੁੰਦੇ ਨੇ, ਪਹਿਲਾ ਦੂਜਾ ਹੱਦ। ਲੈ ਸਿੰਘ ਦੇਖ ਲਓ, ਇਹਦਾ ਦੁੱਗੀ ਹੈ ਮੂੰਹ ਤੋਂ। ਮੂੰਹ ਤੋਂ ਦੁੱਗੀ ਆ ਗਈ ਬਾਈ, ਕਹਿੰਦਾ ਛੋਟੀਆਂ ਛੋਟੀਆਂ ਸਿੰਗੀ ਵਾਲੀਆਂ ਝੋਟੀਆਂ ਆਉਂਦੀਆਂ ਨੇ। ਚੰਗੇ ਪੈਸੇ ਲਾਉਣ ਹੁਣ ਬੰਦਾ ਸ਼ੌਂਕੀ ਹੋਵੇ, ਉਹ ਰਵਾ ਕੇ ਝੋਟੀ ਲੈਵੇ ਜ਼ਰੂਰ। ਲੈ ਲੇਵਾ ਦੇਖ ਲਓ ਦੁਬਾਰੇ, ਥਾਣਾ ਦਾ ਗੈਪ ਵੀ ਬਹੁਤ ਆ ਬਾਈ। ਬਾਈ ਕਿੰਨੇ ਦੇ ਦੇਗਾ ਜੈ ਜੀ? ਮੁੱਲ ਤਾਂ 1.40 ਕਰਦਾ, 1.15 ਹੀ ਦੇ ਦੂੰਗਾ। 1.15 ਹੀ ਦੇ ਦੇਗਾ? ਚੁਆਈ ਚੁਵੀ ਦੀ ਕਿਵੇਂ? ਚੁਆਈ ਚੁਵੀ ਬਹੁਤ ਫੋਕੀ ਹੈ ਜੀ। ਓਕੇ ਆ। ਓਕੇ, ਆ ਬੱਚਾ ਆ ਜਿਹੜਾ, ਕੀ ਬੱਚਾ ਬਾਈ? ਕੱਟੀ ਹੈ ਜੀ। ਕੱਟੀ ਆ ਜੀ। ਹੋਰ ਕਿਹੜੀ ਝੋਟੀ ਆ? 1 ਵੇਚਤੀ। ਲੈ ਵੇਚ ਵੀ ਦਿੱਤੀ ਝੋਟੀ, ਅੱਜ ਪਹਿਲੀ ਵੇਚਤੀ, ਆਪਾਂ ਲੇਟ ਹੋ ਗਏ ਥੋੜਾ ਜਿਹਾ। ਨੰਬਰ ਬੋਲ ਦੇ ਬਾਈ ਤੇਰਾ। 90 55 87 90 55 87 90 55 87 34 64। ਲੈ ਬਾਈ ਨੇ ਮੋਬਾਈਲ ਨੰਬਰ ਵੀ ਬੋਲਤਾ, ਇਹ ਤੇ ਗੱਲ ਕਰਕੇ। ਘਰੇ ਕਿਆ ਰੱਖਦਾ ਬਾਈ? ਘਰੇ ਖੜੀਆਂ 7-8 ਝੋਟੀਆਂ। ਇਹ ਜੀ ਇਹ ਜੀ ਲੈ ਘਰੇ ਵੀ ਕਹਿੰਦਾ ਵੀ ਚੰਗੀਆਂ ਨੇ। ਲੈ ਸਿੰਘ ਦੁਆਰੀ ਦਿਖਾ ਦੇਣਾ ਤੁਹਾਨੂੰ, ਡੁੱਗੀ ਆ ਮੂੰਹ ਤੋਂ ਬਾਈ ਨੇ ਪੂਰੀ ਸ਼ਿੰਗਾਰ ਕੇ ਲਿਆ, 2 ਦੰਦ ਕੱਟੀ ਆ। ਲੈ ਜੋ ਮੰਡੀ ਅੱਜ ਪੂਰੇ ਟੌਪ ਦੇ ਪਸ਼ੂ ਦਿਖਾਵਾਂਗੇ ਤੁਹਾਨੂੰ। ਲੈ ਬਾਈ ਆਹ ਬਾਈਆਂ ਨਾਲ ਗੱਲ ਕਰਕੇ ਦੇਖਦੇ ਹਾਂ ਵੀ ਕਿੰਨੇ ਪਸ਼ੂ ਨੇ ਤੇ ਕੀ ਰੇਟ ਤੇ ਵੇਚਣਗੇ, ਕਿਹੜਾ ਸੂਆ, ਸਾਰੀ ਗੱਲਬਾਤ ਕਰਦੇ ਹਾਂ ਬਾਈ। ਕੀ ਹਾਲ ਨੇ? ਵਧੀਆ ਜੀ ਵੀਰ, ਵਧੀਆ। ਕੀ ਨਾਮ ਆ ਗਿਆ ਬਾਈ ਤੇਰਾ? ਗਾਗਾ ਜੀ। ਹੈ ਜੀ, ਗਾਗਾ 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 ਗਿਆ। ਠੀਕ ਹੈ, ਪਿੰਡ ਕਿਹੜਾ ਗਿਆ ਬਾਈ? ਚਨਾਲੋ ਆ ਜੀ। ਏਰੀਆ? ਏਰੀਆ ਵਾਲੀ ਆਪਣਾ ਕਰਾਲੀ। ਕਰਾਲੀ ਆ ਗਿਆ। ਠੀਕ ਹੈ, ਲੈ ਇੱਧਰਲੇ ਏਰੀਏ ਦੇ ਬੰਦੇ ਆ ਗਏ, ਉਹ ਝੋਟੀਆਂ ਵੀ ਬੜੀਆਂ ਚੰਗੀਆਂ ਨੇ।
ਕਈ ਜੋਟੀਆਂ ਲੈ ਕੇ ਆਏ ਭਾਈ? ਸੱਤ ਤੀਆਂ ਜੀ। ਸੱਤ ਕਈ ਵੇਚਤੀਆਂ? ਤਿੰਨ ਵੇਚਤੀਆਂ। ਤਿੰਨ ਵੇਚਤੀਆਂ, 10 ਵਜੇ ਤੋਂ ਪਹਿਲੀ ਤਿੰਨ ਵੇਚਤੀਆਂ। ਲੈ ਹੁਣ ਦੱਸ ਕਿਹੜੀ ਜੋਟੀ ਦਿਖਾਏਗਾ? ਆ ਦੇਖੋ ਜੋਟੀ, ਆਹ ਜੋਟੀ ਆ, ਇਹਦਾ ਸਿੰਘ ਦੇਖ ਲਓ, ਜਮੀ ਕੁੰਡਾ ਐਨ ਪੂਰੇ ਛੋਟੀ ਛੋਟੀ ਸਿੰਗੀ ਆ ਗਈ। ਸੂਆ ਬਾਈ ਇਹਦਾ? ਪਹਿਲੇ ਸੂਏ ਜੀ, ਪਹਿਲੇ ਸੂਏ ਦੁੱਗੀ ਆ, ਦੇਖ ਲਓ ਬਾਕੀ ਲੇੜ ਤੋਂ ਤੇ ਤੋਰ ਦੇ ਬਾਈ, ਲੰਬੀ ਜੀ ਤੋਰ ਦੇ ਜੋਟੀ। ਲੇਵਾ ਤਾਂ ਗੱਲਾਂ ਹੀ ਕਰਾਉਂਦਾ, ਵੀਵੋ ਕੱਟੀ ਦੇ ਪੂਰੀ ਚੋਟੀ ਦਾ ਲੇਵਾ, ਚੋਟੀ ਦਾ ਤੋਰ ਦੇ ਬਾਈ, ਲੰਬੀ ਤੋਰ ਦੇ। ਕਿੰਨਾ ਕਦੋਂ ਤਿਆਰ ਆ ਬਾਈ? ਇੱਥੇ 13 ਕਿਲੋ ਦੁੱਧ ਪੁੱਛਿਆ। 13 ਕਿਲੋ ਦੰਦਾ ਜਾਏਗੀ ਆ ਬਾਈ? ਹਾਂ ਵੀਰ, ਕਹਿ ਦੰਦਾ ਖੀਰੀ ਆ ਮੂੰਹ ਤੇ ਦੁੱਗੀ ਜੀ, ਖੀਰੀ ਖੀਰੀ ਠੀਕ ਹੈ। ਹਾਂ ਵੀਰ, ਇੱਕ ਗੱਲ ਗੱਲਾਂ ਹੀ ਇੱਕ 15 ਦੇ ਬਾਅਦ ਸਕੀਨ ਚੋਟੀ ਆ ਆ ਤੋਰ ਦੇ ਚੋਟੀ ਬੱਚਾ ਕੀ ਆ ਗਿਆ? ਕੱਟੀ ਆ ਜੀ ਨਾਲ, ਕੱਟੀ ਆ ਗਈ। ਕਿੰਨੇ ਦੇ ਦੇਗਾ ਬਾਈ ਇਹ? ਦੇ ਜਾ ਕਿੰਨੇ ਦੀ ਬਾਈ ਇਹ? ਕਦੇ ਨਹੀਂ, ਫੇਰ ਵੀ ਤੁਹਾਨੂੰ ਦੇ ਦੂੰਗਾ 35 ਦੀ ਵੀਰ, 1-35 ਦੇ। ਇਹ ਜੋ ਕਰਦੇ ਆ ਮਾੜਾ ਮੋਟਾ, ਆ ਕਰ ਦੂੰਗਾ ਮਾੜਾ। ਠੀਕ ਆ ਠੀਕ ਆ, ਅਗਲੀ ਝੋਟੀ ਦੱਸ ਕਿਹੜੀ ਆ ਗਈ? ਕਾ ਝੋਟੀ ਕੋਖੜੀ ਆ, ਉਹ ਦੁਬਾਰੇ ਫੇਰ ਦਿਖਾ ਦਈਏ। ਮੁੰਡਾ ਤੋਰ ਰਿਹਾ ਉਧਰ ਦੇਖ, ਝੋਟੀ ਲੈ ਆ ਗਈ। ਹਾਂ ਇਹਦਾ ਕਿਹੜਾ ਸੂਆ ਬਾਈ? ਬਸ ਤੈਨੂੰ ਕਿਹਾ ਨਹੀਂ ਤੂੰ ਬਹੁਤ ਵੱਡਾ ਦੀ ਮੇਰੇ ਬਾਗ ਦੇ ਹੋ ਗਏ, ਬੋਲ ਕੇ ਲੈ ਲੈਣੀ ਆ। ਹਾਂ ਨਾ ਕਰ ਯਾਰ, ਚੱਲ ਬਸ ਵੇਚ ਬਾਈ, ਕਿੰਨਾ ਕਰ ਦਦਾ? ਠੀਕ ਆ ਜੀ ਬਸ। ਅੱਛਾ ਗੱਬਣਾ ਇੱਕ ਦਾ, ਠੀਕ ਹੈ। ਕੱਢੂਗੀ ਬਾਈ ਫਿਰ ਤਾਂ ਖਾਸੇ ਦਿਨ ਹਜੇ, ਕਿੰਨੇ ਲੈਣੀ ਫਿਰ ਬੋਲੋ ਹੁਣ ਤੁਸੀਂ ਵੀ। ਅੱਛਾ ਹਫਤਾ ਕੱਢੂਗੀ ਹਜੇ, ਕੀ ਨਾਮ ਆ ਬਾਈ ਤੁਹਾਡਾ? ਸਤਵੀਰ ਸਿੰਘ ਆ ਜੀ। ਹੈ ਜੀ ਸਤਵੀਰ ਸਿੰਘ, ਸਤਵੀਰ ਸਿੰਘ ਉੱਚੀ ਬੋਲੋ ਥੋੜਾ ਜਿਹਾ। ਸਤਵੀਰ ਸਿੰਘ ਆ ਜੀ, ਠੀਕ ਹੈ ਜੀ। ਪਿੰਡ ਕਿਹੜਾ ਗਿਆ ਬਾਈ? ਪਿੰਡ ਭਾਮੀ ਆ ਜੀ। ਭਾਮੀ ਇਹ ਕਿੱਥੇ ਆ ਗਿਆ? ਜ਼ਿਲ੍ਹਾ ਫਤਿਹਗੜ੍ਹ ਸਾਹਿਬ ਜੀ। ਠੀਕ ਹੈ ਠੀਕ ਹੈ, ਵਪਾਰ ਕਰਦੇ ਹੋ ਜੀ? ਹਾਂਜੀ। ਕਿਹ ਮਈਆਂ ਲੈ ਕੇ ਆਏ? ਅੱਜ 2 ਨੇ ਜੀ। ਅੱਛਾ, ਕਿਹੜੀ ਪਹਿਲੀ ਕਿਹੜੀ ਆ ਗਈ? ਇੱਕ ਆ ਪਹਿਲੇ ਨੰਬਰ ਤੇ ਆ ਜੀ, ਆ ਝੋਟੀ ਆ ਗਈ। ਕਿਹੜਾ ਸੂਆ ਬਾਈ ਇਹਦਾ? ਇਹ ਦੂਜਾ ਜੀ। ਅੱਛਾ ਦੂਜਾ ਸੂਆ, ਹਾਂਜੀ। ਕਿੰਨਾ ਕਦੋਂ ਤਿਆਰ ਆ ਬਾਈ? ਦੁੱਧ 11 ਕਿਲੋ ਤਿਆਰ ਆ ਜੀ। ਅੱਛਾ, ਲੈਣ ਫਿਰ ਤੋਰ ਦੇ ਖੋਲ ਕੇ ਮੜਾ ਜਾ। ਝੋਟੀ ਚੰਗੀ ਹੈ ਜੀ, ਬਾਕੀ ਲੇਵੇ ਲੋਵਾ ਦੇਖ ਸਕਦੇ ਹੋ। ਮੋੜ ਲਿਆ ਬਾਈ, ਕਿੰਨਾ ਕੁ ਦੁੱਧ ਪਾ ਦੂਗੀ? ਦੁੱਧ ਵੀਰੇ ਵੱਧ ਜੂਗਾ 1-2 ਕਿਲੋ ਹੋਰ ਬਸ। ਅੱਛਾ ਠੀਕ ਆ, ਲੈ ਬੰਨ ਦੇ ਆ ਜਾ। ਕਿੰਨੇ ਦੇ ਦੇ ਫਿਰ ਜਾਇਜ਼ ਜੀ? ਮੁੱਲ ਤਾਂ 85 ਕਰਦੇ ਹਾਂ ਵੀਰੇ। ਅੱਛਾ, ਬਾਕੀ ਮੌਕੇ ਤੇ ਕਰਦੇ ਹਾਂ ਮਾਨ। ਹਾਂ ਜੀ, ਮਾਨ ਤਾਨ ਕਰ ਦਾਂਗੇ। ਠੀਕ ਆ ਠੀਕ ਆ, ਇੱਕ ਵਾਰ ਫਿਰ ਦਿਖਾ ਦਾਂ ਜੀ ਤੁਹਾਨੂੰ, ਝੋਟੀ ਚੰਗੀ ਆ, ਬਾਕੀ ਲੇਵੇ ਲੂਵੇ ਵੀ। ਚਵਾਈ ਚਵਾਈ ਜੀ ਓਕੇ ਆ? ਹਾਂ ਓਕੇ ਵੀਰੇ। ਦੂਜੀ ਕਿਹੜੀ ਆ ਗਈ? ਦੂਜੀ ਆ ਜੀ, ਆਹ ਝੋਟੀ ਆ। ਇਹਦਾ ਕਿਹੜਾ ਸੂਆ ਬਾਈ? ਇਹਦਾ ਵੀ ਦੂਜਾ ਵੀਰੇ। ਅੱਛਾ ਦੂਜਾ ਸੂਆ ਆ ਗਿਆ ਤਾਂ। ਹਾਂਜੀ, ਦੁੱਧ ਇਹਦਾ ਹਲੇ ਕਿੰਨਾ ਕੁ ਤਿਆਰ? ਦੁੱਧ 14 ਕਿਲੋ ਆ ਜੀ। ਬਾਜ਼ਾਰ ਬਜ਼ੂਰ ਦੀ ਬੜੀ ਚੰਗੀ ਆ ਝੋਟੀ, ਬਾਕੀ ਲੇਵਾ ਲੂਆ ਬਹੁਤ ਆ। ਇੱਧਰ ਤੋਰ ਦੇ ਲੰਬੀ, ਲੇਵਾ ਦੇਖ ਲਓ, ਕੱਲਾ ਕੱਲਾ ਖਾਣਾ ਜੀ। ਥੋੜੀ ਲੱਸੀ ਆ ਗਈ ਝੋਟੀ, ਮੰਡੀ ਬਹੁਤ ਭਰੀ ਹੋਈ ਆ, ਗੱਲਾਂ ਬਾਤਾਂ ਕਰਦੇ ਆ। ਕੀ ਹਾਲ ਨੇ ਬਾਈ ਜੀ? ਸਤਿ ਸ੍ਰੀ ਅਕਾਲ ਬਾਈ ਜੀ। ਸਤਿ ਸ੍ਰੀ ਅਕਾਲ ਬਾਈ, ਹੋ ਠੀਕ ਹੋ? ਠੀਕ ਠਾਕ ਆ ਜੀ। ਕੀ ਨਾਮ ਆ ਬਾਈ? ਨਰਿੰਦਰ ਸਿੰਘ ਪੂਰਾ। ਨਰਿੰਦਰ ਸਿੰਘ ਪੂਰਾ, ਹਾਂਜੀ। ਕਿਹੜਾ ਏਰੀਆ ਬਾਈ ਦਾ? ਆਪਣਾ ਕਰਾਲੀ ਆ ਵੀਰੇ। ਅੱਛਾ ਕਰਾਲੀ, ਹਾਂਜੀ, ਚੰਡੀਗੜ੍ਹ ਦੇ ਲਾਗੇ ਆ ਗਿਆ ਬਾਈ। ਹਾਂਜੀ, ਵਪਾਰ ਕਰਦੇ ਬਾਈ? ਹਾਂਜੀ ਵੀਰੇ। ਠੀਕ ਆ, ਕਿਹ ਝੋਟੀਆਂ ਲੈ ਕੇ ਆਏ? 4 ਲੈ ਕੇ ਆਏ ਵੀਰੇ। ਪਹਿਲਾ ਜਾਨਵਰ ਕਿਹੜਾ? ਪਹਿਲਾ ਜਾਨਵਰ ਇਹ ਝੋਟੀ। ਦੂਜਾ ਜਾਨਵਰ ਕਿਹੜਾ ਸੂਆ ਬਾਈ ਇਹਦਾ? ਦੂਜਾ ਸੂਆ ਵੀਰੇ। ਅੱਛਾ ਦੂਜਾ ਸੂਆ, 2 ਦਿਨ ਦੀ ਸੂਈ ਦੀ ਆ। ਦੋਸਤੋ ਕੱਲਾ ਕੱਲਾ ਥਾਣਾ ਹੈ ਨਾ ਪੂਰਾ, ਝੋਟੀ ਪੂਰੀ ਚੰਗੀ ਆ, ਥੋੜੀ ਲੱਸੀ ਆ ਗਈ ਜ਼ਰੂਰ। ਬਾਕੀ ਸਿੰਘ ਸੁੰਘ ਦੀ ਵੀ ਕੁੰਡੀ ਲੱਗਦੀ ਆ, ਸਿੰਘ ਦੇਖ ਲਓ, ਬਾਕੀ ਵਜਨ ਵੁਜਨ ਕੱਦੂ ਕਾਠ ਬਹੁਤ ਆ। ਬਾਕੀ ਲੇਵਾ ਬਾਈ ਕਿੰਨਾ ਕੁ ਦੁੱਧ ਪਾ ਦੂ ਝੋਟੀ ਬਾਈ? ਇਸ ਵਕਤ ਹੀ ਤਾਂ ਥੱਲੇ 14 ਕਿਲੋ ਦੁੱਧ ਤਿਆਰ ਆ। ਅੱਛਾ 14 ਕਿਲੋ ਦੁੱਧ ਤਿਆਰ, ਨਾਪਾ ਪਾ ਕੇ ਦਵਾਂਗੇ ਵੀਰੇ। ਠੀਕ ਆ ਠੀਕ ਆ ਠੀਕ ਆ, ਬੱਚਾ ਕੀ ਆ ਗਿਆ ਬਾਈ ਇਹਦਾ? ਕੱਟੀ ਆ ਵੀਰੇ, ਕੱਟੀ। ਕਿਹ ਕਿ ਦਿਨਾਂ ਦੀ ਸੂਈ ਆ ਬਾਈ ਇਹ? 3 ਦਿਨਾਂ ਦੀ। ਅੱਛਾ 3 ਦਿਨਾਂ ਦੀ ਸੂਈ ਆ। ਲੈ ਦੋਸਤ ਬੱਚਾ ਦੇਖ ਲਓ, ਆਹ ਬੱਚਾ ਆ ਗਿਆ ਨਾ,
ਕਿੰਨੇ ਦੇ ਦੇਣਗੇ ਬਾਈ ਜਾਇਜ਼ ਜੀ ਮੁੱਲ ਤਾਂ ਵੀਰੇ 1 20 ਕਰਦੇ ਆ 1 10 ਦੀ ਦੇ ਦਾਂਗੇ 1 10 ਦੀ ਦੇ ਦਾਂ ਹਾਂਜੀ ਦੂਜੀ ਕਿਹੜੀ ਆ ਗਈ ਆ ਆ ਗਈ ਵੀਰੇ ਆ ਆ ਗਈ ਕਿਹੜਾ ਸੂਆ ਬਾਈ ਇਹਦਾ ਇਹ ਤੀਆ ਸੂਆ ਵੀਰੇ ਤੀਆ ਸੂਆ ਆ ਗਿਆ ਉਹਨਾਂ ਦੀ ਹੈ ਮੈਂ ਤੋੜ ਦੂੰ ਬਾਈ ਇਹਨੂੰ ਵੀ ਲੈ ਲੈ ਬਾਲੂਆ ਦਿਖਾਉਣਾ ਤੁਹਾਨੂੰ ਪੁੱਛੋ ਲੈ ਬਾਲੂਆ ਵੀ ਝੋਟੀ ਦਾ ਬੜਾ ਚੰਗਾ ਮੋੜ ਲਿਆ ਬਾਈ ਆ ਜਾ ਬੱਤੋ ਇਹਦਾ ਕਿੰਨਾ ਕਦੋਂ ਤਿਆਰ ਆ ਬਾਈ ਇਹ ਵੀਰੇ ਰਾਤ ਤੇ ਸੂਈ ਆ ਅੱਛਾ ਰਾਤ ਤੇ ਸੂਈ ਬੋਲੇ ਚ ਆ ਬੋਲੇ ਹੋ ਬੋਲੇ ਚ ਠੀਕ ਆ ਲੈ ਆ ਬੰਦਾ ਆਇਆ ਦੋਸਤੋ ਝੋਟੀ ਲੈਣ ਕਿਹੜੀ ਲਵੇਂਗਾ ਅੱਛਾ ਆ ਲਵੇਂਗਾ ਠੀਕ ਆ ਕਿੰਨੇ ਦੇ ਦੇਗਾ ਬਾਈ ਇਹ ਕਿਹੜੀ ਇਹਦਾ ਮੁੱਲ 90000 ਆ ਵੀਰੇ ਅੱਛਾ 90000 ਬਾਕੀ ਮੌਕੇ ਤੇ ਹੋ ਜੂ ਠੀਕ ਆ ਹਾਂਜੀ ਮੌਕੇ ਤੇ ਮਾਰ ਦਿਆ ਗਈ ਬਾਈ ਅਗਲੀ ਆ ਆ ਝੋਟੀ ਆ ਗਈ ਇਹਦਾ ਕਿਹੜਾ ਸੂਆ ਬਾਈ ਇਹ ਮੂੰਹ ਤੇ 6 ਦੰਦ ਦਾ ਦੂਜਾ ਸੂਆ ਵੀਰੇ ਅੱਛਾ ਦੂਜਾ ਸੂਆ ਦੰਦ ਪੂਰੇ ਕਰ ਗਈ ਹਾਂਜੀ ਠੀਕ ਆ ਤਾਂ ਤੋੜ ਦੇ ਲੰਬੀ ਫਿਰ ਇਹਨੂੰ ਵੀ ਲੈ ਬਾਲੂ ਆ ਇਹਦਾ ਵੀ ਬੱਤਦਾ ਜੀ ਬਾਕੀ ਥਣਾਂ ਦਾ ਗੈਪ ਦੇਖ ਸਕਦੇ ਹੋ ਇਹ ਕਿੰਨੇ ਦੀ ਹੋ ਜੂ ਇਹਦਾ ਮੁੱਲ ਕਰਦੇ 85000 ਜੀ ਅੱਛਾ 80 ਦੇ ਦੇਗਾ ਹਾਂਜੀ ਹਾਂਜੀ ਕਰ ਦਾਂਗੇ ਮਾਨ ਤਾਨ ਠੀਕ ਆ ਕਰ ਦੇਗਾ ਕਿੰਨਾ ਦੁੱਧ ਪਾ ਦੂਏ ਇਹਦਾ ਹਲੇ 12 ਲੀਟਰ ਆ ਵੀਰੇ ਅੱਛਾ ਇਹਦਾ ਕਿਹੜਾ ਸੂ ਆ ਗਿਆ ਬਾਈ ਦੂਆ ਸੂ ਆ ਵੀਰੇ ਅੱਛਾ ਦੂਆ ਸੂ ਆ ਗਿਆ ਦੁੱਧ ਬਾਈ ਦੁੱਧ 20 ਕਿਲੋ ਆ ਵੀਰੇ ਦਿੱਤਾ ਇਹਨੇ ਅੱਛਾ 20 ਕਿਲੋ ਦਿੱਤਾ ਹਾਂਜੀ ਲੈ ਲੈ ਵਾਲੂ ਆ ਦੇਖ ਲਓ ਦੋਸਤੋ ਨੇੜੇ ਤੋਂ ਐਨ ਕੱਦ ਕੱਟ ਬਹੁਤਾ ਝੋਟੀ ਦਾ ਗੱਬਣ ਆ ਗਈ ਬਾਈ ਇਹ ਸੂਈ ਆ ਬਾਈ ਤੜਕੇ ਦੀ ਤੜਕੇ ਸੂਈ ਆ ਠੀਕ ਆ ਅੱਛਾ ਬਾਕੀ ਪੜੇ ਪੜੇ ਦੇਖ ਲਓ ਉੱਪਰੋਂ ਦਿਖਾ ਦਾ ਤੁਹਾਨੂੰ ਆ ਜਾ ਪੁੱਤੋ ਕਿੰਨੇ ਦੇ ਦੇਗਾ ਫਰਿੱਜ ਐ ਜੀ 170 ਆ ਵੀਰੇ ਮੁੱਲ 170 ਹਾਂਜੀ ਬਾਕੀ ਮੌਕੇ ਤੇ ਮਾਨਤਾ ਮੌਕੇ ਤੇ ਹੋ ਜੂ ਮਾਨਤਾ ਠੀਕ ਆ ਆ ਜਾ ਲੈ ਲਸ਼ਕਰੀ ਆ ਝੋਟੀ ਤੇ ਤੂੰ ਲਾ ਕੇ ਬਾਈ ਨੇ ਮੂਰਾ ਮਾਰਾ ਪਾ ਕੇ ਨਾ ਸ਼ਿੰਗਾਰ ਕੇ ਫੇਰ ਕਹਿੰਦਾ ਵੀਡੀਓ ਬਣਾ 9988775842 ਠੀਕ ਹੈ ਇੱਕ ਵਾਰੀ ਪੰਜਾਬੀ ਚ ਬੋਲਦੇ ਬਾਈ 9988778542 ਠੀਕ ਹੈ ਜੀ ਲੈ ਬਾਈ ਨੇ ਮੋਬਾਈਲ ਨੰਬਰ ਵੀ ਬੋਲਦਾ ਦੁਬਾਰੇ ਫੇਰ ਸੁਣ ਝਾਤ ਮਰਾ ਦੀਏ ਪਸ਼ੂਆਂ ਤੇ ਬਾਈ ਦੇ ਲਿਆ ਡਬਲ ਆ ਸਭ ਤੋਂ ਬਾਕੀ ਲੇਵੇ ਲੂਵੇ ਦੀ ਚੰਗੀ ਆ ਆਹ ਦੇਖ ਲਓ ਆਹ ਝੋਟੀ ਦਾ ਸੌਦਾ ਚੱਲ ਰਿਹਾ ਇਹਨੂੰ ਪਤਾ ਹੋਈ ਜਾਵੇ ਸੌਦਾ ਹੁਣੇ ਆ ਜਾਓ ਜੀ ਹੋਰ ਦਿਖਾਉਣੇ ਤੁਹਾਨੂੰ